ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਤੁਰ ਚੁੱਕੇ ਹਾਂ ਘਰੋਂ ਹੁਣ ਤੇ ਆਪਾਂ ਚੱਲੇ ਹਾਂ ਯਾਤਰਾ ਕਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਤੇ ਆਪਾਂ ਜਾ ਰਹੇ ਹਾਂ ਰਸਤੇ ਦੇ ਵਿੱਚ ਤੇ ਸਵੇਰ ਦਾ ਸਮਾਂ ਹੋ ਗਿਆ 6 ਵੱਜ ਗਏ ਆ ਤੇ ਰਸਤੇ 'ਚ ਆਪਾਂ ਹੁਣ ਜਾ ਰਹੇ ਹਾਂ ਤੇ ਆਪਾਂ ਪਹਿਲਾਂ ਸਟੇਅ ਜਿਹੜਾ ਜਾ ਕੇ ਆਪਣਾ ਕਰਨਾ ਵਾ ਨਾਈਟ ਸਟੇਅ ਰਿਸ਼ੀਕੇਸ਼ ਤੇ ਉੱਥੋਂ ਪਹਿਲਾਂ ਆਪਾਂ ਗੁਰਦੁਆਰਾ ਪੌਂਡਾ ਸਾਹਿਬ ਦਰਸ਼ਨ ਕਰਾਂਗੇ ਤੇ ਆਪਾਂ ਨੂੰ ਉੱਥੇ 12 ਇੱਕ ਵੱਜ ਹੀ ਜਾਣੇ ਪੌਂਡਾ ਸਾਹਿਬ ਜਾਂਦੇ ਹਾਂ ਤੇ ਰਿਸ਼ੀਕੇਸ਼ ਆਪਾਂ ਨੂੰ ਸ਼ਾਮਾਂ ਪੈ ਜਾਣੀਆਂ ਵਾ ਤੇ ਉੱਥੇ ਜਾ ਕੇ ਤੁਹਾਨੂੰ ਆਪਾਂ ਗੁਰਦੁਆਰੇ ਦਰਸ਼ਨ ਕਰਾਵਾਂਗੇ ਤੇ ਜਿੰਨਾ ਰਾਹ ਦੇ ਵਿੱਚ ਵਿਊ ਆਊਗਾ ਤੁਹਾਨੂੰ ਸਾਰਾ ਉਹ ਵਿਖਾਵਾਂਗੇ ਇਸ ਵਲੌਗ ਦੇ ਵਿੱਚ ਤੇ ਸਵੇਰ ਦਾ ਸਮਾਂ ਹੋ ਗਿਆ 9:30 ਤੇ ਆਪਾਂ ਲੁਧਿਆਣੇ ਪਹੁੰਚ ਗਏ ਹਾਂ ਕਿਉਂਕਿ ਟ੍ਰੈਫਿਕ ਨਹੀਂ ਸੀ ਇੰਨਾ ਹੈਗਾ ਰਾਹ 'ਚ ਅਤੇ ਜੇ ਜੇ ਟ੍ਰੈਫਿਕ ਹੋਵੇ ਤਾਂ ਫਿਰ ਟਾਈਮ ਲੱਗ ਹੀ ਜਾਂਦਾ ਵਾ ਅਤੇ ਹੁਣ ਆਪਣੀ ਗੱਡੀ ਕਰ ਚੁੱਕੀ ਅੰਡਰ ਹਿਮਾਚਲ 'ਚ ਅਤੇ ਇੱਥੋਂ ਸਾਰਾ ਪਹਾੜੀ ਏਰੀਆ ਜਿਹੜਾ ਸ਼ੁਰੂ ਹੋ ਜਾਂਦਾ ਵਾ ਜੇ ਆਪਾਂ ਸਵੇਰ ਦੇ ਘਰੋਂ ਤੁਰੇ ਸੀਗੇ ਅਤੇ ਭੁੱਖ ਵੀ ਲੱਗਣ ਦੀ ਆ ਅਤੇ ਉਹਨਾਂ ਗੱਡੀ ਖਲਾਰ ਤੀ ਪਾਸੇ ਅਤੇ ਮਾਸੀ ਹੋਣੀ ਘਰ ਆਇਆ ਸੀ ਅਤੇ ਫਿਰ ਉਹਨਾਂ ਨੇ ਮਿੱਸੇ ਪ੍ਰਸ਼ਾਦੇ ਸਵੇਰੇ ਸਵੇਰੇ ਲਾ ਤੇ ਸੀ ਅਤੇ ਆਪਾਂ ਪ੍ਰਸ਼ਾਦੇ ਛਕਦੇ ਹਾਂ ਅਤੇ ਨਾਲ ਚਾਹ ਪੀਂਦੇ ਹਾਂ ਅਤੇ ਫਿਰ ਆਪਾਂ ਤੁਰਦੇ ਅਤੇ ਲੋਕੇਸ਼ਨ ਆਪਾਂ ਗੁਰਦੁਆਰਾ ਸਾਹਿਬ ਦੀ ਲਾਈ ਹੋਈ ਆ ਅਤੇ ਇਹ ਚੌਂਕ ਆ ਗਿਆ ਪੌਂਡਾ ਸਾਹਿਬ ਦਾ ਅਤੇ ਆਹ ਸਾਰਾ ਜਿਹੜਾ ਬਾਜ਼ਾਰ ਆ ਗਿਆ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਆਉਂਦਾ ਹੈ ਅਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸਾਹਿਬ ਅਤੇ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਂਦੇ ਹਾਂ ਅਤੇ ਕਾਰ ਪਾਰਕ ਆਪਾਂ ਕਰਤੀ ਅਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਹਾਂ ਅਤੇ ਉਹ ਪਵਿੱਤਰ ਸਥਾਨ ਜਿੱਥੇ ਬਾਬਾ ਅਜੀਤ ਸਿੰਘ ਦਾ ਜਿਹੜਾ ਜਨਮ ਹੋਇਆ ਵਾ ਪੌਂਡਾ ਸਾਹਿਬ ਅਤੇ ਗੁਰਦੁਆਰਾ ਪੌਂਡਾ ਸਾਹਿਬ ਜਿਹੜਾ ਵਾ ਯਮੁਨਾ ਨਦੀ ਦੇ ਕਿਨਾਰੇ 'ਤੇ ਜਿਹੜਾ ਬਣਿਆ ਹੋਇਆ ਵਾ ਅਤੇ ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹੇ ਵੀ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ 4.5 ਸਾਲ ਜਿਹੜੇ ਆ ਇਸ ਜਗ੍ਹਾ ਪੌਂਡਾ ਸਾਹਿਬ 'ਤੇ ਬਤੀਤ ਕੀਤੇ ਤੇ ਅਤੇ ਇੱਥੋਂ ਮਿਲਦੀ ਆ ਕੜਾਹ ਪ੍ਰਸ਼ਾਦ ਦੀ ਦੇਗ ਇੱਥੋਂ ਤੁਸੀਂ ਪ੍ਰਸ਼ਾਦ ਕਰਾ ਸਕਦੇ ਹੋ ਅਤੇ ਉਹ ਸਾਹਮਣੇ ਸੰਗਤਾਂ ਦੇ ਲਈ ਠਹਿਰਨ ਦੇ ਲਈ ਸਰਾਂ ਬਣੀ ਆ ਅਤੇ ਹੁਣ ਆਪਾਂ ਆ ਗਏ ਹਾਂ ਕਵੀ ਦਰਬਾਰ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਇਸ ਜਗ੍ਹਾ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੇ 52 ਕਵੀ ਸੀ ਰੋਜ਼ ਕਵਿਤਾ ਸੁਣਾਉਂਦੇ ਹੁੰਦੇ ਸੀਗੇ ਅਤੇ ਇੱਥੇ ਦਰਬਾਰ ਲੱਗਦਾ ਸੀ ਅੰਮ੍ਰਿਤ ਵੇਲੇ ਅਤੇ ਸਾਹਮਣੇ ਜਿਹੜੀ ਤੁਸੀਂ ਨਦੀ ਵੇਖਣ ਦੇ ਉਹ ਇਹ ਯਮੁਨਾ ਨਦੀ ਆ ਅਤੇ ਕਿੰਨੀ ਪੁਰਾਣੀ ਇਹ ਨਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਅਤੇ ਇਹ ਜਿਹੜੀ ਨਦੀ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਆਉਂਦੀ ਆ ਅਤੇ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਸੀਗਾ ਇਹ ਜਿਹੜੀ ਨਦੀ ਸੀ ਉਹ ਬਹੁਤ ਆਵਾਜ਼ ਕਰਦੀ ਕਿਉਂਕਿ ਸਵੇਰ ਦਾ ਸਮਾਂ ਜਦੋਂ ਹੁੰਦਾ ਵਾ ਉਹ ਸ਼ਾਂਤੀ ਹੁੰਦੀ ਆ ਅਤੇ ਨਦੀ ਦੀ ਬਹੁਤ ਆਵਾਜ਼ ਹੁੰਦੀ ਸੀ ਅਤੇ ਜਦੋਂ 52 ਕਵੀ ਗੁਰੂ ਜੀ ਨੂੰ ਕਵਿਤਾ ਸੁਣਾਉਂਦੇ ਸੀ ਉਹਨਾਂ ਧਿਆਨ ਨਹੀਂ ਲੱਗਦਾ ਅਤੇ ਫਿਰ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਨਦੀ ਨੂੰ ਤੁਸੀਂ ਸ਼ਾਂਤ ਕਰਾਓ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਦੀ ਬੇਨਤੀ ਨੂੰ ਮੰਨ ਲਿਆ ਅਤੇ ਫਿਰ ਨਦੀ ਨੂੰ ਕਿਹਾ ਯਮੁਨਾ ਤੂੰ ਇੰਨੀ ਆਵਾਜ਼ ਨਾ ਕਰਿਆ ਕਰ ਅਤੇ ਜਿਹੜੀ ਇਹ ਯਮੁਨਾ ਨਦੀ ਆ ਅੱਜ ਵੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਆਉਂਦੀ ਆ ਜਦੋਂ ਇੱਥੇ ਆਉਂਦੀ ਆ ਬਿਲਕੁਲ ਸ਼ਾਂਤ ਹੋਣ ਦੀ ਆਵਾਜ਼ ਨਹੀਂ ਕਰਦੀ ਤੀ ਅਤੇ ਆਪਾਂ ਸਾਰੇ ਹੁਣ ਥੱਲੇ ਜਾਣਦੇ ਹਾਂ ਅਤੇ ਜਾ ਕੇ ਤੁਹਾਨੂੰ ਨਦੀ ਵਿਖਾਉਂਦੇ ਹਾਂ
एकदम कोने में खड़ा ते हुण आपां चलदे हां वापस गुरुद्वारा साहिब वल ते जाके लंगर छकदे हां क्योंकि 2 बज गया ते भुख लगन दी आ ते आपां फिर ऋषिकेश वी पहुंचना शाम तक। ते हुण आपां उत्थे लंगर छकदे लंगर हाल चो ते लंगर छक के आपां लंगर हाल दे उपर वाली बिल्डिंग जावांगे ते इत्थों गुरुद्वारा साहिब जिहड़ा वा दिखदा वा पूरा इत्थों व्यू गुरुद्वारा साहिब दा ते सामने कवि हॉल भी दिखन दिया इत्थों ते लंगर हाल दे बिल्कुल उपर वाली साइड जिहड़ी आ बिल्डिंग आ संगतां दे ठहरन दे लई जिहड़े इत्थे रूम वगैरह जिहड़े सारे बनाए गए ने तुसीं इत्थे अपना कमरा वगैरह लै सकदे जे तुसीं स्टे करना चाहुंदे हो। ते हुण आपां चलदे आ अजायब घर वेखण ते आपां हुण आ गए अजायब घर ते तुसीं वेख सकदे हो किन्ना सोहणा जिहड़ा अजायब घर बनाया वा। इत्थे जिहड़ा वा काफ़ी जिहड़ा वा इतिहास जिहड़ा वा लिखिया होया वा गुरु गोबिंद सिंह जी दे बचपन दा उन्होंने जिहड़े जंग लड़े युद्ध लड़े उन्हां दा बाकी गुरुआं दा शहीदां दा सारा इत्थे मतलब टोटली जिहड़ा वा इतिहास जिहड़ा दस्सिया वा। तो जे तुसीं कितें पौंडा साहिब आओ तो एक बार जरूर अजायब घर आओ दर्शन करो। तो आपां शाम तक जिहड़ा ऋषिकेश गुरुद्वारा साहिब भी पहुँचना वा तो आपां तुहानूं डिटेल दे विच पूरा नहीं विखा पावांगे तो जे तुसीं आओ तो जरूर दर्शन करो। सो अज दे व्लॉग दा हुंदा वा इत्थे एंड ते जे तुहानूं व्लॉग वधिया लगा होवे चैनल नूं कर दिओ सबसक्राइब ते वीडियो नूं कर दिओ लाइक ते अगला व्लॉग आपां बनावांगे तुरंत लैके ऋषिकेश पहुँचण दा ते गुरुद्वारा साहिब दा।